पावत हिर जे नाम के पूजत निज संग करे जाप जपो तुम नाम का कर सतगुर की सेव कर सतगुर की
Good.
ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਚਤਰੰਗ ਜੈਸਾ। ਜੋ ਪੈ ਹਮ ਨਾ ਪਾਪ ਕਰੰਤਾ ਅਹੇ ਨੰਤਾ, ਪਤਿਤ ਪਾਵਨ ਨਾਮ ਕੈਸੇ ਹੰਤਾ ਰਹੋ। ਤੁਮ ਜੋ ਨਾਇਕ ਅਸ਼ੋ ਅੰਤਰ ਜਾਮੀ, ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ। ਸਰੀਰ ਅਰਾਤੀ ਮੌਕੋ ਵਿਚਾਰ ਦੇਹੂੰ, ਰਵਿਦਾਸ ਸਮਦਲ ਸਮਝਾਵੇ ਕੌਮ। ਜਪੋ ਜੀ ਸਤਨਾਮ ਸਤਨਾਮ ਸਤਨਾਮ। ਤਨ ਤਨ ਯਕਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ, ਸਤਿਗੁਰ ਬਾਬਾ ਕੁਟਨਦਾਸ ਜੀ ਮਹਾਰਾਜ, ਸਤਿਗੁਰ ਸਵਾਮੀ ਸਰਬੰਦਾਸ ਜੀ ਮਹਾਰਾਜ, ਸਤਿਗੁਰ ਸਵਾਮੀ ਹਰਿਦਾਸ ਜੀ ਮਹਾਰਾਜ, ਸਤਿਗੁਰ ਸਵਾਮੀ ਗਰੀਬਦਾਸ ਜੀ ਮਹਾਰਾਜ, ਸਭੇ ਮਹਾਂਪੁਰਸ਼ੋ, ਆਪ ਜੀ ਦੀ ਅਪਾਰ ਅਪਾਰ ਕਿਰਪਾ, ਆਪ ਜੀ ਦੀ ਬਖਸ਼ਿਸ਼ ਦੇ ਨਾਲ ਅੱਜ ਰਵਿਦਾਸੀ ਧਰਮ ਪ੍ਰਚਾਰ ਅਸਥਾਨ ਕਾਨਪੁਰ ਵਿਖੇ ਸ੍ਰੀ 108 ਸੁਰਿੰਦਰਦਾਸ ਬਾਬਾ ਜੀ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਯਕਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਚੌਹਾਂ ਯੁਗਾਂ ਦੇ ਜੰਜੋ ਕੱਢੇ ਇਤਿਹਾਸਕ ਮਾਘੀ ਸਮਾਗਮ ਤੇ ਅੰਮ੍ਰਿਤ ਬਾਣੀ ਯਕਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ, ਤੁਰਕੀ ਬਾਣੀ ਸੱਚਖੰਡ ਵਾਹੀ ਬਾਣੀ ਬੇਗਮਪੁਰ ਵਾਹੀ ਬਾਣੀ ਦੇ ਪਾਵਨ ਪੁੱਤਰ ਜਾਤ ਅੰਮ੍ਰਿਤ ਵੇਲੇ ਤੋਂ ਪ੍ਰਾਪਤ ਕਰਕੇ ਹੁਣ ਤੱਕ ਸੰਪੂਰਨ ਹੋਏ ਤੋਂ ਦੂਸਰੇ ਜਾਤ ਸ਼੍ਰੀਮਾਨ ਸ਼੍ਰੀ ਕਸ਼ਮੀਰੀ ਲਾਲ ਜੀ ਤੇ ਪੂਰੇ ਸਮੂਹ ਪਰਿਵਾਰ ਗੱਠਪੂਰਨ ਯੁਗੇ ਦੀਆਂ ਆਪ ਜੀ ਦੇ ਤਰ ਘਰ ਦੇ ਸੇਵਕਾਂ ਵੱਲੋਂ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਯਕਤੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਪਾਵਨ ਜਾਪ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸੰਪੂਰਨ ਹੋਏ ਦੁਰਵਿੰਦਰ ਸਾਹਿਬ, ਆਪ ਜੀ ਨੇ ਕਿਰਪਾ ਕੀਤੀ ਅਪਾਰ ਪਰ ਸਤਿਗੁਰੂ ਜੀ, ਆਪ ਜੀ ਨੇ ਬਖਸ਼ਿਸ਼ਾਂ ਕਰਨੀ, ਆਪ ਜੀ ਨੇ ਪੂਰੇ ਵਿਸ਼ਵ ਦੀ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ, ਰਵਿਦਾਸੀਆ ਕੌਮ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀ ਦੇ ਨਾਮ ਬਾਣੀ ਦਾ ਪ੍ਰਚਾਰ ਪ੍ਰਸਾਰ ਸੰਤ ਮਹਾਂਪੁਰਸ਼ ਜੇ ਵਿਸ਼ਵ ਦੇ ਕੋਨੇ ਕੋਨੇ ਵਿੱਚ ਜਾ ਕਰਕੇ ਦਿਨ ਰਾਤ ਦੀ ਸਖਤ ਘਾਲਣਾ ਦੇ ਨਾਲ ਕਰਦੇ ਹਨ। ਸਤਿਗੁਰੂ ਜੀ ਆਪ ਨੇ ਸੰਤਾਂ ਮਹਾਂਪੁਰਸ਼ਾਂ ਨੂੰ ਆਸ਼ੀਰਵਾਦ ਬਖਸ਼ਿਸ਼ ਕਰਨੇ, ਬੰਨ